अपनी बोली अपना मुर्गा पक पक दीपक दे नाल सुनो मिर्ची मुर्गा। हेलो मिस्टर दिवेश। हाँ जी दिवेश, मैं डॉक्टर अवस्थी गल कर रहा सीगा। हाँ जी डॉक्टर साहब। डॉक्टर नहीं बेटा डॉक्टर। बेटा मैं पता लग गया सीगा जिहड़ा तुहाडा भार है वो वधदा नहीं है। अच्छा अच्छा। हाँ जी सर। बेटा थोड़ा खुल के दसो प्रॉब्लम की है। डॉक्टर साहब कुछ खांदा ते लगदा नहीं है जी। ओके वैसे किथे नहीं लगदा? कहण दा मतलब है ना कुछ खांदा ते सेहत नहीं बनदी। ओके थोड़ा कॉम्प्लिकेटेड केस है ते तुसी हुण चाहंदे की हो? मतलब मैं चाहंदा जी जिहड़ा मेरा ब्याह है 2 महीने तक ते मैनूं सीगा कि भार वध जावे थोड़ा जिहा। ओके बेटा तुसी इदां करो जल्दी तो जल्दी मेरे क्लिनिक आ जाओ। डॉक्टर साहब दरअसल चक्कर की है जी मैं पहला भी बहुत दवाइयां खा लिया जी। ਕਹੋਗੇ ਵਧਾ ਦਾਂਗੇ। ਮੈਨੂੰ ਤਾਂ ਤੁਹਾਡੀ ਗੱਲ ਤੇ ਨਹੀਂ ਯਕੀਨ ਆਉਂਦਾ ਇਹਦੇ ਦਵਾਈ ਤੇ ਕਿੱਦਾਂ ਆਏਗਾ ਜੀ। ਬੇਟਾ ਡਾਕਟਰ ਉਹਨੇ ਸੱਚ ਡਾਕਟਰ ਮੈਂ ਵਾਂ ਕਿ ਤੂੰ ਨਹੀਂ ਮੇਰਾ ਭਾਰ ਵੱਧ ਗਿਆ ਜੀ। ਯੈਸ ਮੇਰੇ ਬੇਟੇ ਨਹੀਂ ਕੋਈ ਪੀਣ ਵਾਲੀ ਦਵਾਈ ਹੈ? ਬੇਟਾ ਦਵਾਈ ਦਾ ਕੀ ਕੰਮ ਹੈ ਤੁਹਾਡੀ ਮੇਰੀ ਕਮਿਟਮੈਂਟ ਜੋ ਹੋਈ ਹੈ ਮੈਂ ਪੂਰੀ ਕਰੂੰਗਾ। ਤੁਸੀਂ ਕਿਹਾ ਭਾਰ ਵਧਾਣਾ ਹੈ। ਹਾਂਜੀ ਮੈਂ ਭਾਰ ਵਧਾ ਦੂੰਗਾ ਜਿੰਨਾ ਤੁਸੀਂ ਕਹੋਗੇ। ਜੇ 10 ਕਿਲੋ ਕਹੋਗੇ ਤਾਂ 5-5 ਕਿਲੋ ਦੇ ਬੱਟੇ ਤੁਹਾਡੇ ਜੇਬਾਂ 'ਚ ਪਾ ਦਾਂਗੇ। ਜੇ 20 ਕਿਲੋ ਕਹੋਗੇ ਤਾਂ 10-10 ਕਿਲੋ ਦੇ ਬੱਟੇ ਤੁਹਾਡੀ ਜੇਬਾਂ 'ਚ ਪਾ ਦਾਂਗੇ। ਭਾਰ ਤੇ ਵੱਧ ਹੀ ਜਾਏਗਾ ਨਾ ਫਿਰ। ਡਾਕਟਰ ਨੇ ਮੇਰੇ ਬੱਚੇ ਡਾਕਟਰ ਕਮਾਲ ਦੀ ਗੱਲ ਕਰਦੇ ਹੋ। ਬੜਾ ਇਹ ਤਾਂ ਇਲਾਜ ਵੀ ਕਮਾਲ ਦਾ ਹੀ ਕਰੀਦਾ। ਦੇਖੋ ਮਿੰਟਾਂ ਚ ਭਾਰ ਵਧਾਤਾ। ਇੱਕ ਮਿੰਟ ਨਿੰਦਰ ਬੋਲ ਰਹੇ? ਨਾ ਮੇਰੇ ਬੱਚੇ ਡਾਕਟਰ ਬੋਲ ਰਿਹਾ। ਹਾਂ ਨਿੰਦਰ ਹਟ ਜਾ। ਬੱਚੇ ਡਾਕਟਰ ਬੋਲ ਰਿਹਾ। ਮੈਂ ਪਤਾ ਨਹੀਂ ਕਿਹੜੇ ਡਾਕਟਰ ਦਾ ਫੋਨ ਆ ਗਿਆ। ਓ ਯਾਰ ਇੱਕ ਤਾਂ ਡਾਕਟਰ ਨਹੀਂ ਡਾਕਟਰ, ਦੂਸਰਾ ਮੈਂ ਨਿੰਦਰ ਸਿੰਦਰ ਨਹੀਂ ਬੋਲ ਰਿਹਾ। ਹਾਂ ਤੇ ਤੂੰ ਕੌਣ ਹੈ? ਮੈਂ ਡਾਕਟਰ ਅਵਸਥੀ। ਨਹੀਂ ਸਿਰ ਖਾਣ ਡਿਆ ਤੂੰ। ਬੜੇ ਕੈਸੀ ਗੱਲ ਕਰ ਰਹੇ ਹੋ ਤੁਸੀਂ? ਸਾਡ ਫੋਨ ਨਾ ਕਰੀ ਨਹੀਂ ਤਾਂ ਚਪੇੜਾ ਬਹੁਤ ਪੈਣੀਆਂ ਤੇਰੇ। ਬੜੇ ਗੰਦੀ ਬਾਤ, ਐਸੇ ਨਹੀਂ ਬੋਲਦੇ। ਪਤਾ ਨਹੀਂ ਕੌਣ ਆ ਮੂੰਹ ਚੱਕ ਕੇ ਫੋਨ ਕਰ ਦਿੰਦਾ ਹੈ। ਬੱਚੇ ਵੇਲੇ ਮੇਰਾ ਭਾਰ ਨਹੀਂ ਵਧਾਉਂਦਾ, ਤੈਨੂੰ ਮਜ਼ਾਕ ਸੁਝ ਜਾਂਦਾ। ਬੜਾ ਭਾਰ ਵੱਜ ਰੱਖ ਲਈ ਨਹੀਂ ਕਹੋ। ਪਿਓ ਦਾ ਪੁੱਤਾਂ ਆਪਣਾ ਐਡਰੈਸ ਦੇ ਦੇ ਤੈਨੂੰ ਮੈਂ ਦੱਸਦਾ ਕਿੱਦਾਂ ਭਾਰ ਵਧਾਈ ਜਾ ਕੁੱਤਾ। ਬੜੇ ਮੈਂ ਸਿਆਣਾ ਡਾਕਟਰ ਨੇ ਮੈਂ ਸਹੀ ਕਹਿ ਰਿਹਾ, ਜੇਬ 'ਚ ਜਿੰਨੇ ਤੇ ਬੜੇ ਪਾਉਂਗੇ ਉਹਨੇ ਤੁਹਾਡਾ ਭਾਰ ਵੱਜੇਗਾ। ਬੜਾ ਨੋ ਗੰਦੀ ਬਾਤ ਨਹੀਂ ਕਰਨੀ। ਤੂੰ ਕਾਕਾ ਮੱਲੇ ਆ ਸਾਡੇ ਤੇਰਾ ਭਾਰ ਮੈਂ ਵਧਾਉਂਦਾ ਸਰ। ਅੱਛਾ ਤੇ ਸ਼ਾਂਤ ਹੋ ਜਾ, ਗੁੱਸਾ ਨਹੀਂ ਕਰੀਦਾ। ਗੁੱਸਾ ਕਰੂੰਗੇ ਤਾਂ ਹੋਰ ਭਾਰ ਘਟ ਜਾਏਗਾ। ਮੈਂ ਮਜ਼ਾਕ ਕੀਤਾ ਸੀ, ਮੈਂ ਰੇਡੀਓ ਮਿਰਚੀ ਤੋਂ ਪੱਗ ਪੱਗ ਦੀਪਕ ਬੋਲ ਰਿਹਾ। ਓ ਉਸਤਾਦ ਜੀ ਮਿਰਚੀ ਮੁਰਗਾ ਬਣ ਗਿਆ ਭਾਜੀ ਤੁਹਾਡਾ? ਸਾਡਾ ਵੀ ਮੁਰਗਾ ਬਣਾਤਾ ਹੈ ਜੀ। ਬਾਬਾ ਭਰਾ ਬਣ ਕੇ ਚਲਾਈ ਨਾ ਹੁਣ। ਕਿਉਂ ਮੱਲੇ ਦੇ ਬੇਇੱਜ਼ਤੀ ਪਤਾ ਕਿੰਨੀ ਹੋਣੀ ਮੇਰੀ? ਪਰ ਭਾਜੀ ਇਹ ਤਾਂ ਲਾਈਵ ਚੱਲ ਰਿਹਾ ਹੈ। ਚੱਲ ਪਿਆ। ਹਾਂਜੀ ਬੋਲੋ ਹੁਣ ਕੁਕੜੁਕੜੂ ਕੁਕੜੁਕੜੂ ਤੇ ਭਾਰ ਵਧਾਣਾ ਹੈ। ਕੈਚ ਦ ਬੈਸਟ ਆਫ ਮਿਰਚੀ ਮੁਰਗਾ ਵਿਦ ਪਗ ਪਗ ਦੀਪਕ। ਲੌਗ ਆਨ ਟੂ www.radiomirchi.com/jalandhar।